ਪੰਜਾਬੀ ਦੇ ਮਸ਼ਹੂਰ ਗਾਇਕ ਦਲਜੀਤ ਦੁਸਾਂਝ ਦੇ ਸ਼ੋਅ ਤੋਂ ਪਹਿਲਾਂ ਈਡੀ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ। ਈਡੀ ਨੇ 5 ਸੂਬਿਆਂ ਦੇ ਵਿੱਚ 13 ਥਾਵਾਂ ਤੇ ਛਾਪੇ ਮਾਰੇ ਨੇ। ਦਿੱਲੀ, ਮੁੰਬਈ, ਜੈਪੁਰ, ਚੰਡੀਗੜ੍ਹ, ਬੈਂਗਲੁਰੂ ਦੇ ਵਿੱਚ ਇਹ ਛਾਪੇ ਮਾਰੇ ਗਏ ਨੇ। ਸ਼ੋਅ ਦੀਆਂ ਟਿਕਟਾਂ ਦੀ ਗੈਰ ਕਾਨੂੰਨੀ ਵਿਕਰੀ ਦਾ ਪੂਰਾ ਮਾਮਲਾ ਹੈ, ਜਿਸ ਤੋਂ ਬਾਅਦ ਈਡੀ ਦੇ ਵੱਲੋਂ ਮੋਬਾਈਲ ਫੋਨ, ਲੈਪਟਾਪ, ਸਿਮ ਕਾਰਡ ਜ਼ਬਤ ਕੀਤੇ ਗਏ ਨੇ। ਦੱਸਦੇ ਕਿ ਇੰਸਟਾਗ੍ਰਾਮ, ਵਟਸਐਪ ਅਤੇ ਟੈਲੀਗ੍ਰਾਮ ਦੇ ਜ਼ਰੀਏ ਜਾਲੀ ਟਿਕਟਾਂ ਵੇਚੀਆਂ ਗਈਆਂ। ਅੱਜ ਰਾਤ ਦਲਜੀਤ ਦੁਸਾਂਝ ਦਾ ਦਿੱਲੀ ਦੇ ਵਿੱਚ ਲਾਈਵ ਸ਼ੋਅ ਹੈ। ਈਡੀ ਨੇ ਮਨੀ ਲਾਂਡਰਿੰਗ ਦੇ ਤਹਿਤ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਦੇ ਕਿ ਦਿੱਲੀ ਦੇ ਵਿੱਚ ਦਲਜੀਤ ਦੁਸਾਂਝ ਦਾ ਲਾਈਵ ਸ਼ੋਅ ਹੈ। ਉਸ ਤੋਂ ਪਹਿਲਾਂ ਈਡੀ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ। ਸ਼ਿਕਾਇਤਕਰਤਾ ਦੀਆਂ ਸ਼ਿਕਾਇਤਾਂ ਤੋਂ ਬਾਅਦ ਇਹ ਵੱਡਾ ਐਕਸ਼ਨ ਕੀਤਾ ਗਿਆ। ਜਾਲੀ ਟਿਕਟਾਂ ਵੇਚਣ ਦਾ ਇਲਜ਼ਾਮ ਹੈ, ਇੱਕ ਤਰੀਕੇ ਨਾਲ ਕਾਲਾ ਬਾਜ਼ਾਰੀ ਦੇ ਨਾਲ ਜੁੜਿਆ ਹੋਇਆ ਪੂਰਾ ਮਾਮਲਾ ਹੈ। ਫਿਲਹਾਲ ਈਡੀ ਨੇ ਮਨੀ ਲਾਂਡਰਿੰਗ ਦੇ ਤਹਿਤ ਜਾਂਚ ਸ਼ੁਰੂ ਕੀਤੀ ਹੈ। ਦੱਸਦੀ ਹੈ ਕਿ ਪਹਿਲੇ 1 ਘੰਟੇ ਦੇ ਵਿੱਚ ਹੀ ਜ਼ਿਆਦਾ ਟਿਕਟਾਂ ਵੇਚੀਆਂ ਗਈਆਂ, ਮਹਿੰਗੇ ਭਾਅ ਤੇ ਮਹਿੰਗੀਆਂ ਟਿਕਟਾਂ ਵੇਚ ਦਿੱਤੀਆਂ। ਜਾਲੀ ਟਿਕਟਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਔਰ ਪੁਲਿਸ ਦੇ ਵੱਲੋਂ ਕਈ ਰਾਜਾਂ ਦੇ ਵਿੱਚ FIR ਦਰਜ ਕੀਤੀਆਂ ਨੇ। ਲੱਖਾਂ ਕਰੋੜਾਂ ਫੈਨਸ ਨੇ ਜੋ ਦਲਜੀਤ ਦੁਸਾਂਝ ਨੂੰ ਦੇਖਣਾ ਚਾਹੁੰਦੇ ਨੇ ਔਰ ਉਹਨਾਂ ਦੇ ਦੀਵਾਨੇ ਨੇ, ਉਹਨਾਂ ਨੇ ਫਟਾਫਟ ਟਿਕਟਾਂ ਨੇ ਜਿਹੜੀਆਂ ਖਰੀਦ ਲਈਆਂ। ਹੁਣ ਦੇਖਣਾ ਹੋਵੇਗਾ ਕਿ ਜੋ ਟਿਕਟਾਂ ਉਹਨਾਂ ਨੇ ਖਰੀਦੀਆਂ ਉਹ ਜਾਲੀ ਨੇ, ਨਕਲੀ ਨੇ ਜਾਂ ਅਸਲੀ ਨੇ, ਕਿਉਂਕਿ ਈਡੀ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸਦੇ ਕਿ ਈਡੀ ਨੇ 5 ਸੂਬਿਆਂ ਦੇ ਵਿੱਚ 13 ਥਾਵਾਂ ਤੇ ਛਾਪੇ ਮਾਰੇ ਨੇ। ਦਿੱਲੀ, ਮੁੰਬਈ, ਜੈਪੁਰ, ਚੰਡੀਗੜ੍ਹ, ਬੈਂਗਲੁਰੂ ਦੇ ਵਿੱਚ ਇਹ ਐਕਸ਼ਨ ਕੀਤਾ ਗਿਆ। ਸ਼ੋਅ ਦੀਆਂ ਟਿਕਟਾਂ ਦੀ ਗੈਰ ਕਾਨੂੰਨੀ ਵਿਕਰੀ ਦੇ ਮਾਮਲੇ ਦੇ ਵਿੱਚ ਇਹ ਐਕਸ਼ਨ ਕੀਤਾ ਗਿਆ। ਫਿਲਹਾਲ ਈਡੀ ਦੇ ਵੱਲੋਂ ਮੋਬਾਈਲ ਫੋਨ, ਲੈਪਟਾਪ, ਸਿਮ ਕਾਰਡ ਜ਼ਬਤ ਕੀਤੇ ਗਏ ਨੇ। ਇੰਸਟਾਗ੍ਰਾਮ, ਵਟਸਐਪ ਅਤੇ ਟੈਲੀਗ੍ਰਾਮ ਦੇ ਜ਼ਰੀਏ ਇਹ ਜਾਲੀ ਟਿਕਟਾਂ ਵੇਚੀਆਂ ਗਈਆਂ ਨੇ। ਅੱਜ ਰਾਤ ਦਿੱਲੀ ਦੇ ਵਿੱਚ ਦਲਜੀਤ ਦੁਸਾਂਝ ਦਾ ਲਾਈਵ ਸ਼ੋਅ ਹੋਵੇਗਾ, ਕੱਲ ਨੂੰ ਵੀ ਹੈ, ਪਰ ਉਸ ਤੋਂ ਪਹਿਲਾਂ ਜੋ ਟਿਕਟਾਂ ਉਹਨਾਂ ਦੀਆਂ ਵਿਕੀਆਂ ਨੇ ਉਸ ਦੀ ਜਾਂਚ ਈਡੀ ਦੇ ਵੱਲੋਂ ਕੀਤੀ ਗਈ ਹੈ ਔਰ ਵੱਖ-ਵੱਖ ਥਾਵਾਂ ਤੇ ਛਾਪੇ ਨੇ ਜਿਹੜੇ ਉਹ ਲਗਾਤਾਰ ਮਾਰੇ ਜਾ ਰਹੇ ਨੇ। ਈਡੀ ਨੇ ਮਨੀ ਲਾਂਡਰਿੰਗ ਦੇ ਤਹਿਤ ਜਾਂਚ ਸ਼ੁਰੂ ਕੀਤੀ ਹੈ। ਪਹਿਲੇ 1 ਘੰਟੇ ਦੇ ਵਿੱਚ ਮਹਿੰਗੀਆਂ ਟਿਕਟਾਂ ਵੇਚੀਆਂ ਗਈਆਂ ਨੇ ਔਰ ਈਡੀ ਦੇ ਵੱਲੋਂ ਲਗਾਤਾਰ ਹਰ ਪਹਿਲੂ ਤੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਕਈ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ, ਵੱਖ-ਵੱਖ ਪਹਿਲੂਆਂ ਤੋਂ ਇਸ ਮਾਮਲੇ ਦੀ ਜਾਂਚ ਆਰੰਭ ਕੀਤੀ ਗਈ। ਕਈ ਰਾਜਾਂ ਦੇ ਵਿੱਚ ਕਈ ਲੋਕਾਂ ਤੇ FIR ਦਰਜ ਕੀਤੀਆਂ ਗਈਆਂ ਨੇ ਔਰ ਲੱਖਾਂ ਕਰੋੜਾਂ ਫੈਨਸ ਨੇ ਜੋ ਦਲਜੀਤ ਨੂੰ ਦੇਖਣਾ ਚਾਹੁੰਦੇ ਨੇ ਲਾਈਵ ਸ਼ੋਅ ਦੇ ਵਿੱਚ ਔਰ ਦਲਜੀਤ ਦੇ ਸ਼ੋਅ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਕੱਠ ਹੁੰਦਾ ਸਭ ਨੂੰ ਪਤਾ ਹੈ ਔਰ ਲੋਕ ਆਪ ਮੁਹਾਰੇ ਦਲਜੀਤ ਨੂੰ ਦੇਖਣ ਦੇ ਲਈ ਇੱਥੇ ਆਉਂਦੇ ਨੇ। ਸੋ ਟਿਕਟਾਂ ਨੇ ਜਿਹੜੀਆਂ ਬਹੁਤ ਮਹਿੰਗੀਆਂ ਨੇ ਜਿਹੜੀਆਂ ਵੇਚੀਆਂ ਗਈਆਂ ਨੇ, 1 ਘੰਟੇ ਦੇ ਵਿੱਚ ਉਹਨਾਂ ਦੀ ਵਿਕਰੀ ਹੋਈ। ਹੁਣ ਦੱਸਿਆ ਜਾ ਰਿਹਾ ਕਿ ਨਕਲੀ ਟਿਕਟਾਂ ਨੇ ਜਿਹੜੀਆਂ ਉਹ ਵੇਚੀਆਂ ਗਈਆਂ ਨੇ, ਕਾਲਾ ਬਾਜ਼ਾਰੀ ਦਾ ਇਹ ਪੂਰਾ ਮਾਮਲਾ ਜਾਪ ਰਿਹਾ। ਫਿਲਹਾਲ ਈਡੀ ਦੇ ਵੱਲੋਂ 5 ਸੂਬਿਆਂ ਦੇ ਵਿੱਚ 13 ਥਾਵਾਂ ਤੇ ਛਾਪੇ ਮਾਰੇ ਗਏ ਨੇ। ਮਨੀ ਲਾਂਡਰਿੰਗ ਦੇ ਤਹਿਤ ਜਾਂਚ ਸ਼ੁਰੂ ਕੀਤੀ ਗਈ ਹੈ।